इंडो कैनेडियन बस है जी, ये राह चो सवारी नहीं ले सकती। अमृतसर तो चली है बस कंटैक्ट पॉइंट लुधियाना, ये लुधियाने तो चढ़िया सवारियां, कुछ फगवाड़े तो चढ़िया, कुछ जलंधर तो चढ़िया, फलौर तो भी चढ़िया। आ टिकट जी जलंधर तो चढ़िया सवारियां, होर भी अगे भैन भरावान रबता करते हैं आ टिकट जी अमृतसर तो आ मेरा वीर किराए तो चढ़िया। इंडो कैनेडियन बस है बादलों की, जिन्होंने लम्मा समा साडे पंजाब का घाण किया लुटिया, इन्हां दी लुट हुण बंद होगी क्योंकि सरकार बदल चुकी आ, चंगे लोगों की चंगी सरकार बनी आ। ये बस जी राह चो सवारी नहीं लै सकती क्योंकि वोल्वो बसा ने एक जगह तो सवारी लैके दिल्ली एयरपोर्ट तक ही छकना था, रस्ते च रुक नहीं सकती। रस्ते चो रुक रुक के जिवें गुराया तो, ये गुराया तो चढ़े, तुसी कितों चढ़े? अमृतसर तो, ये सही जगह चढ़े, तुसी कितों चढ़े जी? लुधियाने। उच्ची बोलो थोड़ा जी। लुधियाने। लुधियाने तो। फ्रॉम अमृतसर। हाँ जी। बाहर है ही अमृतसर। हाँ, पिछो अमृतसर तो ही आ जी। हाँ जी। जलंधर तो। पंगवाड़े तो। उच्ची बोलो थोड़ा कितों? फोटो खिंच ले। जलंधर तो। जलंधर तो मैं फगवाड़े पंजाब सरकार को बड़ा लंबा समा इन्होंने चूना लाया। बिल्कुल देखो, ये जी बस बुक जी ना वोल्वो बस जिथों जाती ना एक पॉइंट उतो चल के एयरपोर्ट तक जा सकती, रस्ते चो नहीं सवारी चुक सकती। ये सरकार का बड़ा वड्डा टैक्स चोरी हो गया, ये सरकार आमदन हो सा पंजाब बजे, वो जो 3 लाख करोड़ करजा चाह रहा वो कि चाह रहा इसे तरह ही चढ़िया, सारा कुछ लुटिया गया, आमदन कई पास आई नहीं, तो सारा कुछ खाई गया इतना ही। पर इन्हों हूँ यही पता भी सरकार बदल गई है, चंगी सरकार बन गई है, तो ये सारा कुछ हूँ रुक जाना काम। पहला तो असी हदायत करते हैं सारे ट्रांसपोर्टर भावे वो ट्रक वाले आ, टिकट वाले आ, बसा वाले आ, वोल्वो बसा जां स्टेज कैरेज बसा, सारे ही आपो अपने टैक्स भी तारन, जिवें आ नजायज चलदियां, ये जी टूरिस्ट बस आ
ਇੰਡੋ ਕੈਨੇਡੀਅਨ ਬੱਸ ਆ ਇਹ ਜਿਵੇਂ ਅੰਮ੍ਰਿਤਸਰ ਤੋਂ ਚੱਲੀ ਆ ਅੰਮ੍ਰਿਤਸਰ ਤੋਂ ਚੱਲ ਕੇ ਸਿੱਧੀ ਏਅਰਪੋਰਟ ਤੇ ਜਾ ਕੇ ਸਵਾਰੀ ਕਰ ਸਕਦੀ ਆ ਇਹਨਾਂ ਦਾ ਡਰਾਈਵਰ ਆਪ ਪਾਉਂਦਾ ਪਿਆ ਕਿ ਅਸੀਂ ਹਰ ਅੱਡੇ ਤੋਂ ਸਵਾਰੀਆਂ ਚੁੱਕੀਆਂ ਅੰਮ੍ਰਿਤਸਰ ਤੋਂ ਚੱਲੇ ਆ ਜਲੰਧਰ ਤੋਂ ਚੁੱਕੀਆਂ ਫਲੌਰ ਤੋਂ ਚੁੱਕੀਆਂ ਲੁਧਿਆਣੇ ਤੋਂ ਚੁੱਕੀਆਂ ਕਿਰਾਏ ਤੋਂ ਚੁੱਕੀਆਂ ਸਵਾਰੀਆਂ ਆਪ ਵੀ ਦੱਸ ਸਾਰੀਆਂ ਸਵਾਰੀਆਂ ਦੀਆਂ ਟਿਕਟਾਂ ਦੀ ਜਿਹੜੀ ਉਹ ਫੋਟੋ ਲੈ ਲਈ ਗਈ ਆ ਤੇ ਦੇਖੋ ਅੱਗੇ ਜਿਹੜੀਆਂ ਸਰਕਾਰਾਂ ਚੱਲਦੀਆਂ ਨੇ ਉਹ ਰਲੀਆਂ ਮਿਲੀਆਂ ਬੰਦ ਕਰੀਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਜਿਹੜੇ ਨੈਸ਼ਨਲ ਕਨਵੀਨਰ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੰਗੇ ਕੰਮ ਕਰ ਰਹੀ ਆ ਪਾਰਟੀ ਤੇ ਜਿਹੜਾ ਵੀ ਇਹਦੇ 'ਚ ਦੋਸ਼ੀ ਪਾਇਆ ਜਾਊਗਾ ਇੱਥੇ ਸਿਆਸੀ ਬਦਲਾਖੋਰੀ ਤਹਿਤ ਕੰਮ ਨਹੀਂ ਹੋਵੇਗਾ ਰੋਜ਼ਾਨਾ ਹੀ ਹਾਈਵੇ ਤੇ ਚੈੱਕ ਕਰਦੇ ਬੱਸਾਂ ਤੇ ਬੜੀਆਂ ਖਾਮੀਆਂ ਪਈਆਂ ਜਾਂਦੀਆਂ ਤੇ ਮੈਂ ਇਹਨਾਂ ਬੱਸਾਂ ਵਾਲਿਆਂ ਨੂੰ ਟਰਾਂਸਪੋਰਟ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹਦਾ ਜਿੰਨਾ ਟੈਕਸ ਬਣਦਾ ਜਾਂ ਜੋ ਹਦਾਇਤਾਂ ਨੇ ਸਰਕਾਰ ਦੀਆਂ ਜਿਵੇਂ ਆਪਾਂ ਨੂੰ ਪਰਮਿਟ ਜਾਰੀ ਹੋਇਆ ਉਹਨਾਂ ਦੇ ਤੌਰ ਤੇ ਆਪਾਂ ਆਪਣੀਆਂ ਬੱਸਾਂ ਚਲਾਈਏ ਨਾ ਨਜਾਇਜ਼ ਕੰਮ ਕਰੀਏ ਨਾ ਸਰਕਾਰ ਦੇ ਮਾਲੀਏ ਨੂੰ ਪੂਰਾ ਲਾਈਏ ਜਿੱਥੇ ਵੀ ਸਰਕਾਰ ਦੇ ਮਾਲੀਏ ਨੂੰ ਪੂਰਾ ਲੱਗੇਗਾ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਸਰ ਟਰਾਂਸਪੋਰਟ ਅੱਜ ਜਿਹੜੀ ਇਹ ਬੱਸ ਅਸੀਂ ਅਪਾਉਂਡ ਕਰਤੀ ਆ ਪਰ ਸਵਾਰੀਆਂ ਦੀ ਜਿਹੜੀ ਹੋਣੀ ਸੀ ਖੱਜਲ ਖਰਾਬੀ ਉਹਨੂੰ ਵੇਖਦੇ ਹੋਏ ਕਿਉਂਕਿ ਇਹਨਾਂ ਦੀਆਂ ਲੱਖਾਂ ਰੁਪਈਆਂ ਦੀਆਂ ਟਿਕਟਾਂ ਜਿਨ੍ਹਾਂ ਨੇ ਏਅਰਪੋਰਟ ਤੇ ਚੜ੍ਹਨਾ ਤੇ ਗਾਂ ਇਹਨਾਂ ਨੇ ਆਪਦੇ ਕੰਮ ਕਾਰ ਕਰਨੇ ਜਿਹਦੇ 'ਚ ਉਹ ਨੁਕਸਾਨ ਕਿਹਨਾਂ ਦਾ ਸਾਡਾ ਹੀ ਹੋਣਾ ਹੈ ਹੁਣ ਇਸ ਬੱਸ ਨੂੰ ਜਾਣ ਦਿੱਤਾ ਗਿਆ ਇਹ ਆ ਕੇ ਅਪਾਉਂਡ ਕਰ ਲਈ ਜਾਵੇਗੀ ਬੱਸ ਦਾ ਚਲਾਨ ਕਰ ਦਿੱਤਾ ਗਿਆ ਤੇ ਸਾਡੇ ਜਿਹੜੇ ਭੈਣ ਭਰਾ ਉਹ ਖੱਜਲ ਨਾ ਹੋਣ ਉਸ ਕਰਕੇ ਇਹਨੂੰ ਛੱਡ ਦਿੱਤਾ ਗਿਆ ਬੱਸ ਤਾਂ ਜਿਹੜੇ ਟਰਾਂਸਪੋਰਟਰ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਮੀਟਿੰਗ ਵੀ ਕੀਤੀ ਗਈ ਆ ਕਿ ਅਸੀਂ ਸਰਕਾਰ ਨੂੰ ਇੰਨਾ ਰੈਵਨਿਊ ਦਿੰਦੇ ਆ ਫਿਰ ਵੀ ਸਾਨੂੰ ਮਾਫੀਆ ਕਿਹਾ ਜਾ ਰਿਹਾ ਵਾ ਦੇਖੋ ਆ ਮਾਫੀਆ ਨਹੀਂ ਤੇ ਹੋਰ ਕੀ ਆ ਜਿਹੜਾ ਮਾਫੀਆ ਦਾ ਕੰਮ ਕਰੂਗਾ ਉਸ ਨੂੰ ਮਾਫੀਆ ਹੀ ਕਿਹਾ ਜਾਵੇਗਾ ਅਸੀਂ ਜਿਹੜਾ ਕੋਈ ਸਾਡਾ ਵੀਰ ਟਰਾਂਸਪੋਰਟਰ ਸਹੀ ਕੰਮ ਕਰਦਾ ਸਹੀ ਕੰਮ ਨਾਲ ਚੱਲਦਾ ਉਹਨੂੰ ਅਸੀਂ ਮਾਫੀਆ ਨਹੀਂ ਕਹਿੰਦੇ ਜਿਹੜਾ ਸਰਕਾਰ ਦਾ ਟੈਕਸ ਚੋਰੀ ਕਰਦਾ ਜਾਂ ਕਾਨੂੰਨਾਂ ਦੀ ਉਲੰਘਣਾ ਕਰਦਾ ਉਹ ਮਾਫੀਆ ਹੈ ਸਰ ਜਿਸ ਤਰ੍ਹਾਂ ਕਿ ਅੱਜ ਤੁਸੀਂ ਇੱਥੇ ਮਤਲਬ ਚੈਕਿੰਗ ਕੀਤੀ ਹੈ ਇਸ ਦੌਰਾਨ ਕਿੰਨੀਆਂ ਬੱਸਾਂ ਇੰਪੋਰਟ ਕੀਤੀਆਂ ਜਾਂ ਕਿੰਨੀਆਂ ਬੱਸਾਂ ਉਹ ਪਕੜੀਆਂ ਗਈਆਂ ਇੱਕ ਪਰਮਿਟ ਤੇ ਦੋਨੋਂ ਉੱਤੇ ਤਿੰਨ ਤਿੰਨ ਚੱਲ ਰਹੀਆਂ ਦੇਖੋ ਚੈਕਿੰਗ ਚੱਲ ਰਹੀ ਆ ਦੇਰ ਰਾਤ ਤੱਕ ਚੈਕਿੰਗ ਕਰਾਂਗੇ ਸਾਡੇ ਆਟੋ ਸਾਹਿਬ ਨਾਲ ਨੇ ਧਾਰੀਵਾਲ ਸਾਹਿਬ ਨਾਲ ਸਾਡੇ ਮਹਿਕਮੇ ਦੇ ਅਧਿਕਾਰੀ ਨੇ ਦੇਰ ਰਾਤ ਤੱਕ ਚੈਕਿੰਗ ਚੱਲੇਗੀ ਹੁਣ ਤੱਕ ਤਿੰਨ ਜਿਹੜੀਆਂ ਵੋਲਵੋ ਬੱਸਾਂ ਟੂਰਿਸਟ ਉਹ ਇੰਪੋਰਟ ਕੀਤੀਆਂ ਜਾ ਚੁੱਕੀਆਂ ਨਾਲ ਜਿਹੜੀਆਂ ਸਟੇਜ ਕੈਰੇਜ ਆ ਦੋ ਬੱਸਾਂ ਉਹ ਇੰਪੋਰਟ ਕੀਤੀਆਂ ਤੇ ਸਾਡੀ ਚੈਕਿੰਗ ਜਿਹੜੀ ਆ ਉਹ ਨਿਰੰਤਰ ਜਾਰੀ ਆ ਨਾਲ ਓਵਰਲੋਡ ਜਿਹੜੇ ਟਿੱਪਰ ਆ ਦੋ ਓਵਰਲੋਡ ਟਿੱਪਰ ਵੀ ਕੀਤੇ ਗਏ ਆ ਬੋਰਡ ਤੇ ਮੈਂ ਬੇਨਤੀ ਕਰਦਾ ਟਰੱਕ ਵਾਲਿਆਂ ਨੂੰ ਟਿੱਪਰ ਵਾਲੇ ਵੀਰਾਂ ਨੂੰ ਵੀ ਕਿ ਇੱਕ ਤੇ ਆਪਦੇ ਓਵਰਲੋਡ ਜਿਹੜੇ ਟਰੱਕ ਟਿੱਪਰ ਚਲਾਉਣੇ ਬੰਦ ਕਰੋ ਜਿੰਨਾ ਤੁਹਾਡਾ ਪਾਸ ਆ ਵੇਟ ਉਹਨੇ ਲੋਡ 'ਚ ਆਪਣਾ ਜਿਹੜੀ ਉਹ ਚੱਲਣ ਦਿਓ ਜਿਹੜਾ ਕੋਈ ਓਵਰਲੋਡ ਚਲਾਵੇਗਾ ਉਹਦਾ ਵੀ ਇੰਪੋਰਟ ਹੋਵੇਗਾ ਬੰਦਾ ਜੁਰਮਾਨਾ ਵੀ ਵਸੂਲਿਆ ਜਾਵੇਗਾ ਤੇ ਜਿੰਨਾ ਜਿਨ੍ਹਾਂ ਦੇ ਟੈਕਸ ਪਕਾਇਆ ਨੇ ਉਹਨਾਂ ਨੂੰ ਫਿਰ ਤੋਂ ਹਦਾਇਤ ਆ ਕਿ ਆਪਣੇ ਟੈਕਸ ਜਿਹੜੇ ਆ ਉਹ ਭਰੋ ਤਾਂ ਜੋ ਤੁਹਾਨੂੰ ਵੀ ਖੱਜਲ ਖੁਆਰੀ ਨਾਲ ਝੱਲਣੀ ਪਵੇ ਤੇ ਸਾਨੂੰ ਵੀ ਇੱਕ ਤਰ੍ਹਾਂ ਰੋਕਾਂ ਤੇ ਚੈੱਕ ਨਾ ਕਰਨਾ ਪਵੇ ਵਧੀਆ ਹੋ ਰਿਹਾ ਨਹੀਂ ਬਹੁਤ ਵਧੀਆ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਸਾਡੀ